ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਦ ਚੈਨਲ ਤੇ ਅੱਜ ਤੁਹਾਨੂੰ ਕਰਾਵਾਂਗੇ ਦਰਸ਼ਨ ਸਕੀਇੰਗ ਦੇ ਪਹਿਲੀ ਵਾਰੀ ਪਹੁੰਚੇ ਆ ਤੇ ਦੇਖਦੇ ਆ ਬਾਜੀਆਂ ਪੈਂਦੀਆਂ ਤਾਂ ਸਿੱਖਦੇ ਆ ਕੁਝ ਦੇਖਾ ਜੀ ਸਾਡਾ ਟ੍ਰਾਇਲ ਚੱਲ ਰਿਹਾ ਉੱਤੇ ਜਾ ਰਹੇ ਅਸੀਂ ਦਿਖਾਓ ਮਾੜਾ ਜਿਹਾ ਘੁਮਾ ਕੇ ਆਹ ਛੋਟੀ ਹਿਲ ਤੇ ਅਸੀਂ ਸਟਾਰਟ ਕਰ ਰਹੇ ਆ ਪ੍ਰੈਕਟਿਸ ਉਸ ਤੋਂ ਬਾਅਦ ਜਾਵਾਂਗੇ ਉਹ ਉੱਤੋਂ ਤੇ ਤੁਹਾਨੂੰ ਫਿਰ ਦਿਖਾਉਂਦੇ ਆ ਸਾਰਾ ਲੱਟਣਾ ਪਟਣਾ ਸਾਰਾ ਜਗਾੜ ਤੇ ਆਇਓ ਫਿਰ ਫਿਰ ਬਿਨਾਂ ਸਿਕਸ ਤੋਂ ਕਰਦੇ ਪਏ ਆ ਇਹ ਤਿਆਰੀ ਚੱਲ ਰਹੀ ਆ ਵੱਡੇ ਟ੍ਰਿਪਲੇ ਉਸ ਤੋਂ ਪਹਿਲਾਂ ਵਾਰਮਅਪ ਹੋ ਰਿਹਾ ਕੋਈ ਪਹਿਲੀ ਵਾਰੀ ਕਰ ਰਿਹਾ ਨਾ ਤੇ ਬ੍ਰੇਕਾਂ ਬਰੂਕਾਂ ਲਾਉਣੀ ਸਿੱਖ ਰਹੇ ਬ੍ਰੇਕ ਤਾਂ ਲਾਉਣੀ ਇਹ ਨਾ ਹੋਵੇ ਵੀ ਅੱਗੇ ਨਿਆਣਾ ਹੋਵੇ ਤੇ ਆਪਾਂ ਸਿੱਧਾ ਨਿਆਣੇ ਦੇ ਵਿੱਚ ਵੱਜੀਏ ਤੇ ਨਿਆਣਾ ਜਾਵੇ ਉਹ ਤੇ ਅਸੀਂ ਜਾਈਏ ਆਹ ਤੇ ਉਹਦੀ ਮਾਂ ਸਾਨੂੰ ਟੁੱਟ ਕੇ ਪੈ ਜਾਵੇ ਵੀ ਸਾਡਾ ਮੁੰਡਾ ਤੂੰ ਡਿਗਾਤਾ ਇਸ ਕਰਕੇ ਬ੍ਰੇਕਾਂ ਲੱਗਣੀਆਂ ਸਿੱਖ ਰਹੀਆਂ ਨੇ ਸਲੋਪ ਦੇ ਥੱਲੇ ਸਪੀਡ ਸਲੋ ਕਿੱਦਾਂ ਕਰਨੀ ਸਾਰਾ ਕੁਛ ਸਿੱਖਿਆ ਜਾ ਰਿਹਾ ਤੇ ਤਾਂ ਹੀ ਅਜੇ ਇੱਕ ਵਾਰੀ ਹੋਰ ਰਾਊਂਡ ਲਾਉਣ ਲੱਗੇ ਹਾਂ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਸਾਰਾ ਕੁਛ ਕਿਸਾ ਤੱਕ ਇੱਥੇ ਹੀ ਸਾਨੂੰ ਆ ਬਾਕੀ ਸਾਰਾ ਪੱਧਰਾ ਹੋਇਆ ਹੋਇਆ ਕੰਮ ਠੀਕ ਹੈ ਮਾਹੌਲ ਦੇਖੋ ਹੁਣ ਕੀ ਪੈਂਦਾ ਲਓ ਜੀ ਭਾਵੇਂ ਤੁਸੀਂ ਬਾਹਰ ਆ ਜਾਓ ਬਿਜਲੀ ਦੀ ਪ੍ਰੋਬਲਮ ਇੱਥੇ ਵੀ ਰਹਿੰਦੀ ਆ ਸਾਡੀ ਆ ਹੋ ਗਈ ਆ ਬੰਦ ਅੱਧੇ ਰਾਹ ਖੜੇ ਹਾਂ ਉਹ ਦੇਖ ਕੇ ਪਤੰਦਰਾ ਕੋਈ ਨਾ ਪੰਜ ਮਿੰਟ ਬਾਅਦ ਮੈਂ ਵੀ ਅੱਧੀ ਹੋਣਾ ਛੂਕ ਦੇ ਜਾਣਾ ਆਪਾਂ ਥੱਲੇ ਛੂਕ ਦੇ ਹੋ ਗਈ ਸ਼ੁਰੂ ਮਹਾਰਾਜ ਲੈ ਪਾਕਿਸਤਾਨ ਨੂੰ ਬੱਤੀ ਘੱਟ ਦਿਆ ਕਰੋ ਨਾ ਆਪਣੇ ਲਈ ਵੀ ਕੁਛ ਬਚਾ ਲਓ ਤਾਂ ਹੀ ਬੰਦ ਹੋ ਗਈ ਅਤੇ ਆਹ ਮੁੰਡਾ ਹੈਗਾ ਕੇਵਲ ਸਿੰਘ ਦਾ ਮੁੰਡਾ ਅਤੇ ਇਹ ਸਾਨੂੰ ਸਿਖਾਉਂਦਾ ਸੀ ਮਾੜਾ ਮੋਟਾ ਕਹਿੰਦਾ ਮੁੰਡੇ ਐਂ ਕਰਦਾ ਕਰੋ ਅਤੇ ਬਸ ਹੁਣ ਚੱਲੇ ਹੋਏ ਹਾਂ ਆਉਂਦੀ ਗੱਡੀ 'ਤੇ ਬਹਿੰਦੇ ਹਾਂ ਆਹੀ ਇੱਥੇ ਰੱਖ ਮੈਂ ਕਹਿੰਦਾ ਇੱਦਾਂ ਤਿਆਰ ਕਰ ਦੇਣਾ ਵੀ ਅਗਲਾ ਓਲੰਪਿਕ ਦੇਖਿਓ ਆਉਂਦਾ ਗੋਲਡ ਜੱਟ ਦਾ ਲਓ ਜੀ ਹੁਣ ਚੱਲਦੇ ਹਾਂ ਥੱਲੇ ਨੂੰ ਤੁਹਾਨੂੰ ਬਣਾ ਦਿਖਾਉਂਦੇ ਹਾਂ ਕਿ ਕਿੱਦਾਂ ਮੁੰਡਾ ਸੱਪ ਵਾਂਗੂ ਮੇਲਦਾ ਸਨੋਹ 'ਤੇ ਜਾਂਦੀ ਗੱਡੀ ਕਿ ਨਹੀਂ ਸਤਿ ਸ਼੍ਰੀ ਅਕਾਲ ਭਾਈ ਉਹ ਕੋਈ ਨਾ ਬੀਬੀ ਮੇਰੇ ਤੋਂ ਸਿੱਖੋ ਯਾਰੀ ਯਾਦ ਜਾਂਦਾ ਕਿ ਨਹੀਂ ਮੁੰਡਾ ਸੱਪ ਵਾਂਗੂ ਮੇਲਦਾ ਆਏ ਹਾਂ ਆਏ ਇੱਥੇ ਰੱਖ ਠੀਕ ਕੰਮ ਯਾਰ ਉੱਧਰ ਵੀ ਚੱਲਾਂਗੇ ਉੱਧਰ ਵੀ ਦਿਖਾਉਂਦੇ ਤੁਹਾਨੂੰ ਦਰਸ਼ਨ ਕਰਾਉਂਦੇ ਫਿਲਹਾਲ ਤਾਂ ਆਹੀ ਹੈ ਹੁਣ ਆ ਗਈ ਸਾਡੀ ਵਾਰੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਅਸਲੀ ਵਿੱਚ ਅਸੀਂ ਕੀ ਤਿਆਰੀ ਕਰਕੇ ਆਏ ਹਾਂ ਅਤੇ ਤੁਹਾਨੂੰ ਹੁਣ ਫਾਈਨਲ ਡੈਮੋ ਇੱਥੇ ਦੇਵਾਂਗੇ ਦੇਖਿਓ ਨਾ ਕਿੱਦਾਂ ਆਉਂਦਾ ਮੁੰਡਾ ਇੱਥੋਂ ਉਹ ਥੱਲੇ ਤੱਕ ਲੈ ਜੀ ਆਪਾਂ ਬੇਇੱਜ਼ਤੀ ਨਹੀਂ ਕਰਾਉਣੀ ਭਰਾ ਪੁੱਛੋ ਨਾ ਖੂਨ ਵਗੈਰਾ ਨਿਕਲਣ ਲੱਗ ਗਿਆ ਬਹੁਤ ਜ਼ਿਆਦਾ ਅਤੇ ਹੁਣ ਤੁਹਾਨੂੰ ਦਿਖਾਵਾਂਗੇ ਉੱਥੋਂ ਇੱਕ ਅਸੀਂ ਹੁਣ ਕਿੰਨੀਆਂ ਟ੍ਰੇਲਸ ਆ ਨਾ ਉਹ ਮੈਂ ਉੱਧਰ ਵਾਲੇ 'ਚ ਆਇਆ ਸੀ ਅਜੇ ਹੁਣ ਮੈਂ ਆਊਂਗਾ ਆਹ ਵਾਲੇ ਜਿਹੜੀ ਆ ਇੱਧਰ ਜਾਂਦੀ ਆ ਉੱਥੇ ਤੁਹਾਨੂੰ ਦਿਖਾਉਂਦੇ ਹਾਂ ਯਾਰ ਸੱਚੀ ਬਹੁਤ ਨਜ਼ਾਰਾ ਆਉਂਦਾ ਯਾਰ ਬਹੁਤ ਅੱਤ ਦੀ ਚੀਜ਼ ਆ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਹਰ ਦੂਜੇ ਤੀਜੇ ਹਫ਼ਤੇ ਆ ਜਾਇਆ ਕਰਨਾ ਸੀ ਬੜਾ ਆਨੰਦ ਆਉਂਦਾ ਯਾਰ ਬੜਾ ਬਹੁਤ ਘੈਂਟ ਆ ਕੰਮ ਪਹਿਲੀ ਵਾਰੀ ਕੀਤਾ ਨਾ ਪਤਾ ਨਹੀਂ ਸੀ ਵੀ ਕਿੱਦਾਂ ਦਾ ਹੁੰਦਾ ਯਾਰ ਛੱਡੋ ਯਾਰ ਕੀ ਉਹ ਕਰਨਾ ਐਵੇਂ ਸਕੀਮ ਜੀ ਪਰ ਬੜਾ ਨਜ਼ਾਰਾ ਯਾਰ ਇੱਥੇ ਦਾ ਅਤੇ ਹੁਣ ਤੁਹਾਨੂੰ ਕਰਦੇ ਹੋਰ ਮਾਹੌਲ ਸਨਸੈੱਟ ਹੋ ਚੱਲਾ ਮਹਾਰਾਜ ਅਤੇ ਪਰ ਆਪਣੀਆਂ ਟਿਕਟਾਂ ਹੈਗੀਆਂ 10 ਵਜੇ ਤੱਕ ਰਾਤ ਦੇ ਅਤੇ ਆਪਾਂ ਰਾਤ ਨੂੰ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਜਦੋਂ ਲਾਈਟ ਲੁੱਟ ਜਾਗ ਪੈਣੀ ਆ ਆਇਓ ਫਿਰ ਲਓ ਜੀ ਹੁਣ ਅਸੀਂ ਲਈ ਆ ਰਿਫਰੈਸ਼ਮੈਂਟ ਕਿਉਂਕਿ ਰਾਤ ਤੱਕ ਐਨਰਜੀ ਚਾਹੀਦੀ ਆ ਅਤੇ ਲਿਆ ਗੈਟਰੇਡ ਅਤੇ ਤੁਹਾਨੂੰ ਹੋਰਾਂ ਲੋਕਾਂ ਦੇ ਵੀ ਦਰਸ਼ਨ ਕਰਾਉਂਦੇ ਹਾਂ ਹੋਰ ਲੋਕ ਸਾਡੇ ਹੈਗੇ ਆ ਭਰਾ ਸਾਡੇ 3 ਲਓ ਜੀ ਮੈਂ ਇੱਥੇ ਆਇਆ ਸੀ ਨਾਲ 2 ਜਣੇ ਹੋਰ ਬੈਠੇ ਸੀਗੇ ਅਤੇ ਮੈਂ ਗਲਵ ਲਾ ਕੇ ਫੋਨ ਕੱਢਿਆ ਅਤੇ ਗਲਵ ਤੱਕ ਰੱਖਿਆ ਸੀ ਆਪਣੇ ਪੱਟਾਂ 'ਤੇ ਪੱਟਾਂ 'ਤੇ ਗਲਵ ਰੱਖਿਆ ਸੀਗਾ ਉਹ ਡਿੱਗਿਆ ਅਤੇ ਮੈਂ ਉੱਤੋਂ ਥੱਲੇ ਦੇਖਦਾ ਮੈਨੂੰ ਲੱਭਦਾ ਗਿਆ ਪਰ ਮੇਰੀਆਂ ਬ੍ਰੇਕਾਂ ਹੀ ਨਹੀਂ ਵੱਜੀਆਂ ਅਤੇ ਮੈਂ ਇੱਕ ਹੱਥ 'ਚ ਮੈਂ ਕਿਹਾ ਪਾ ਲਵਾਂ ਯਾਰ ਉਹ ਹੱਥ ਛਿੱਲ ਹੋ ਗਏ ਬਹੁਤ ਗੰਦੀ ਤਰ੍ਹਾਂ ਕੋਈ ਡਿੱਗਦਾ ਬੰਦਾ ਨਾ ਉਦੋਂ ਖੂਨ ਜਾਂ ਉਂਗਲਾਂ 'ਚੋਂ ਆਉਣ ਲੱਗ ਗਿਆ ਸੁੱਜ ਗਈਆਂ ਉਂਗਲਾਂ ਅਤੇ ਆਹ ਪਿਆ ਮੈਂ ਦਿਖਾਉਂਦਾ ਮੇਰੀ ਇੱਥੇ ਬ੍ਰੇਕਾਂ ਹੀ ਨਹੀਂ ਵੱਜੀਆਂ ਮੈਂ ਇੱਥੇ ਰੋਕਣ ਨੂੰ ਟਰਾਈ ਕੀਤੀ ਮੇਰੀ ਬ੍ਰੇਕਾਂ ਹੀ ਨਹੀਂ ਵੱਜੀਆਂ ਹੁਣ ਮੈਂ ਦੁਬਾਰਾ ਉੱਤੇ ਜਾ ਕੇ ਅਤੇ ਹਿਸਾਬ ਜਿਹਾ ਲਾਊਂਗਾ ਵੀ ਕਿੱਥੇ ਗਾਉਣਾ ਇਹ 1 2 3 4 ਚੌਥੇ ਪੋਲ 'ਤੇ ਆ ਕੇ ਬ੍ਰੇਕਾਂ ਮਾਰੂੰ ਕਿੱਥੇ ਗਿਆ ਉਹ ਰਿਹਾ ਅਤੇ ਦੇਖਦੇ ਹਾਂ ਬ੍ਰੇਕਾਂ ਵੱਜਦੀਆਂ ਕਿ ਨਹੀਂ ਲਓ ਜੀ ਮੁੰਡੇ ਚੱਲੇ ਸ਼ਾਮ ਪੈ ਗਈ ਹੈ ਜੀ ਉੱਧਰ ਹੋ ਗਿਆ ਸਨਸੈੱਟ ਬਿਊਟੀਫੁਲ ਬਿਊਟੀਫੁਲ ਸਨਸੈੱਟ ਜਿਸ ਕੋ ਹਮ ਇੰਗਲਿਸ਼ ਮੈਂ ਬਿਊਟੀਫੁਲ ਕਹਤੇ ਹੈ ਉਹ ਆ ਰਿਹਾ ਹੋ ਰਿਹਾ ਸਨਸੈੱਟ ਅਤੇ ਪਾਉਂਦੇ ਹਾਂ ਬਾਈ ਸਾਡਾ ਕੇਲ ਭਰਾ
रेडी yeah. आज फिर रात का नज़ारा चेक करो जी। मैं मैं ना उत्तों पूरा आया, पूरा तेज आया जिदा पता नहीं एक्सपर्ट हूं ना, तो एंड च आके बाजी पै के सीधा किचड़ च, जिदा इतने ना जिदा बर्फ के नाल तो गिला गिला दो जाके साइड किचड़ तो सारा पिछों गंदा हो गई मेरी जैकेट, पर बड़ा स्वाद बड़ा आता उस्ताद। हम दोबारा फिर उत्ते जा रहे हैं तो वो लोग अगे दो जने बैठे आ, कई मिनट उत्ते पहुँच गए तीन चार जने। काश मेरे को गोपरो हों, इन्ना सिरा लगना ही ना काम, मैं इतने पा लेना ही गोपरो जस जो ट्रैपर फड़ लेना ही, इदा फड़ के तुम पूरा आनंद करवाना ही। पर ना दो चीज़ा मैं इन्ना भी एक्सपर्ट नहीं है कि दो चीज़ा हो जाने एक टाइम पर, ज्यादा मेरा फोन पिछे रह जाना तो जब मेरी बाई पैनी हजे बहुत भरावा बहुत औखा, इतने लत्त पैर टुटन के पूरे च पूरे चांस होंगे। पहली बार आया सूँ पता नहीं कि कुछ करना होंगे, पर अगली बार बंदा अगली हूँ जब मैं अगली बार आऊँगा नी कैब जहाँ पा के आऊँगा है ना, ग्लव्स लैके आऊँगा चंगे वाले, तो बाकी तो वह कहते हैलमेट लैने अ ही क्या हैलमेट हुलमेट की लोड़ है तुम्हें पता है पिंड वाले इदा ही होंगे भी इतने स्नो थले रुड़ना ही है हैलमेट हुलमेट की लोड़ है, पर भरावा हैलमेट चाहिए। मैं कहना बंदा बच जाता यार हैलमेट पा के, तो बस हम उत्ते जा रही है गड्डी स्लोली स्लोली जिसके कहते हैं हम इंग्लिश में है ना, इंग्लिश में स्लोली कहते हैं, वो ऐसे धीमी गति पे ऊपर जा रही है हमारी गंडोला। तो फिर दे हम उत्ते जाके फिर की पता यार आप बड़ी गंदी मिनट ला दा थले पहुंचे तो पांच मिनट ला दे उत्ते आने। लो लो जी हम पंगा लाके देखते हैं फोन हाथ फड़े यार वो उत्ते वाली स्लोपा ना ज़्यादा ज़्यादा स्टीप है, उत्ते करनी होती कोई स्पीड बहुत फड़ हो जाती है, इतने काम ठीक है। लो जी मैनू छड के गिदड़ा का सुनिया ग्रुप फिर कहते सुनो बोर्डिंग करनी रेडी बड़ा नजारा आ। करो चेक फिर रोटी है नाश्ता पानी खा लिए फिर मिलते। लो जी स्की एरिए तो असं आ गए वापस, तो हम खा पी खे भुख बहुत लगी है दोपहर तो खाधा हुआ सी, तो हूँ साडा घर है इतों दो घंटे लग जाने सानू घर को वापसी पाई आते। पर यार स्कीइंग मैं पहली बार की मैं तो यार बड़ा आनंद आना स्कीइंग बहुत नज़ारा आया, मतलब जी करता ही भी सारी रात उत्थी ला दी है, पर आया कि गोडिया का जोर बहुत चाहिए, जे तुम गोडे से प्रॉब्लम है ना फिर मैं तुम्हें रैकमेंड करूँगा तुम ना करो, पर उदा जी पहली बार कर जा रहे पहली बार लगता सौखा, मैं भी की पहली बार मैं लगा भी ठीक आ, पर जो मैं उत्ते वाली स्लोप पर गया मैं बहुत बाजियां पईया, मैं चिकड़ो चिकड़ी साइड से डिगया सट जे लगनी तेने सट सा बहुत बुरी लगनी आ, नहीं तो तुम ठीक रहोगे तो फन बहुत आ। तो आह तो चल य अपना है वार्म अप सीगा, असली गेम तुहानू अगले हफ्ते दिखावांगे भी किदां पैंदी आ। तो गाइज आही व्लॉग से गाइज थैंक यू फॉर वॉचिंग, आई सी यू द नेक्स्ट व्लॉग जी, तुम इन्नी देर तक देखते हैं ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਪਿਆਰ ਸਤਿ ਸ਼੍ਰੀ ਅਕਾਲ ਮਾਲਵੇ ਹੋ ਮੰਜ ਦੇ ਦੁਆਬ ਦੇ ਨੇ ਸੋਹਣੇ ਗੱਭਰੂ ਪੰਜਾਬ ਦੇ ਉਹ ਕਹਿੰਦੇ ਮਾਲਵੇ ਹੋ ਮੰਜ